ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਅੱਜ ਹੈ 20 ਅਕਤੂਬਰ 2021 ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 20 ਅਕਤੂਬਰ 2021 ਦੇ ਇੰਪੋਰਟੈਂਟ ਕਰੰਟ ਅਫੇਅਰਸ ਕੁਸ਼ਨ ਜੇਕਰ ਤੁਸੀਂ ਕਿਸੇ ਵੀ ਗਵਰਨਮੈਂਟ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਕਰੰਟ ਅਫੇਅਰ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਵੀ ਪਤਾ ਹੈ ਸੋ ਹਰ ਇੱਕ ਪੇਪਰ ਦੀ ਤਿਆਰੀ ਕਰਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਪ੍ਰੈਸ ਕਰਕੇ 올 ਬਟਨ ਤੇ ਕਲਿੱਕ ਕਰ ਲਵੋ ਤਾਂ ਜੋ ਮੇਰੇ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਹਰ ਇੱਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਕਿਹੜੀ ਰਾ ਸਰਕਾਰ ਨੇ ਮੇਰਾ ਘਰ ਮੇਰੇ ਨਾਮ ਸਕੀਮ ਲਾਂਚ ਕੀਤੀ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਪੰਜਾਬ ਪੰਜਾਬ ਸਰਕਾਰ ਨੇ ਮੇਰਾ ਘਰ ਮੇਰੇ ਨਾਮ ਸਕੀਮ ਲਾਂਚ ਕੀਤੀ ਹੈ ਹਾਂਜੀ ਇਹ ਸਕੀਮ ਦੇ ਵਿੱਚ ਹੈ ਕੀ ਆ ਜਿਹੜੇ ਪਿੰਡ ਅਤੇ ਸ਼ਹਿਰਾਂ ਦੇ ਵਿੱਚ ਲਾਲ ਲਖੀਰ ਉੱਪਰ ਬਣੇ ਹੋਏ ਮਕਾਨ ਵਿੱਚ ਜਿਹੜੇ ਲੋਕ ਰਹਿੰਦੇ ਆ ਉਸ ਨੂੰ ਮਾਲਕੀ ਦਾ ਹੱਕ ਦੇਣ ਲਈ ਚਰਨਜੀਤ ਸਿੰਘ ਚੰਨੀ ਨੇ ਮੇਰਾ ਘਰ ਮੇਰੇ ਨਾਮ ਯੋਜਨਾ ਸ਼ੁਰੂ ਕੀਤੀ ਹੁਣ ਲਾਲ ਲਕੀਰ ਦਾ ਕੀ ਮਤਲਬ ਆ ਪੰਜਾਬ ਦੀਆਂ ਉਹ ਵਸਤੀਆਂ ਇਸ ਤਰ੍ਹਾਂ ਦੀਆਂ ਜਿੰਨਾ ਇਸ ਤਰ੍ਹਾਂ ਦੀਆਂ ਉਹ ਵਸਤੀਆਂ ਜਿਸ ਦਾ ਯੂਜ਼ ਬਿਨਾ ਕਰੈਸੀ ਦੇ ਕੀਤਾ ਜਾਂਦਾ ਵਾ ਉਹ ਜਮੀਨਾਂ ਵਸਤੀਆਂ ਦੀ ਜਿਨ੍ਹਾਂ ਦਾ ਯੂਜ਼ ਹੈ ਜਿਹੜਾ ਬਿਨਾ ਕਰੈਸੀ ਦੇ ਕੀਤਾ ਜਾਂਦਾ ਵਾ ਉਸ ਨੂੰ ਲਾਲ ਲਕੀਰ ਦਾ ਏਰੀਆ ਕਿਹਾ ਜਾਂਦਾ ਹੈ ਉਸ ਏਰੀਆ ਵਿੱਚ ਜੋ ਮਕਾਨ ਬਣੇ ਹੋਏ ਆ ਉਸ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਮਾਲਕੀ ਦਾ ਹੱਕ ਦੇਣ ਲਈ ਮੇਰਾ ਘਰ ਮੇਰੇ ਨਾਮ ਯੋਜਨਾ ਸ਼ੁਰੂ ਕੀਤੀ ਹੈ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਚੀਫ ਮਿਨਿਸਟਰ ਨੇ ਹੁਣ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਹਾਂਜੀ ਪੰਜਾਬ ਦੀ ਕੈਪੀਟਲ ਕੀ ਹੈ ਚੰਡੀਗੜ੍ਹ ਤੇ ਪੰਜਾਬ ਦੇ ਚੀਫ ਮਿਨਿਸਟਰ ਕੌਣ ਨੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਗਵਰਨਰ ਹੈਗੇ ਆ ਜੀ ਬਨਵਾਰੀ ਬਨਵਾਰੀ ਲਾਲ ਪ੍ਰੋਹਿਤ ਹਾਂਜੀ ਕੌਣ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਠੀਕ ਹੈ ਜੀ ਮਰੇਲ ਕੋਟਲਾ ਤੇਈਮਾ ਜ਼ਿਲ੍ਹਾ ਬਣਾਇਆ ਗਿਆ ਪੰਜਾਬ ਦਾ 14 ਮਈ 2021 ਨੂੰ ਬਣਾਇਆ ਗਿਆ ਠੀਕ ਹੈ ਤੁਸੀਂ ਯਾਦ ਰੱਖਣਾ ਬਸੇਹਰਾ ਯੋਜਨਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਝੁੱਗੀਆਂ ਝੋਪੜਿਆਂ ਦੇ ਲਈ ਆ ਇਹ ਦਾਖਲ ਪੋਰਟਲ ਸ਼ਿਕਾਇਤ ਦਰਜ ਕਰਨ ਦੇ ਲਈ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਪੰਜਾਬ ਦੇ ਕਪੂਰਥਲਾ ਦੇ ਵਿੱਚ ਹਾਂਜੀ ਪੰਜਾਬ ਦੇ ਕਪੂਰਥਲਾ ਦੇ ਵਿੱਚ ਸੁਖਜੀਤ ਮੈਗਾ ਫਰੂਟ ਪਾਰਕ ਬਣ ਰਿਹਾ ਵਾ ਪੰਜਾਬ ਦੇ ਪਟਿਆਲਾ ਦੇ ਵਿੱਚ ਸਪੋਰਟਸ ਯੂਨੀਵਰਸਿਟੀ ਬਣ ਰਹੀ ਆ ਇਹਨਾਂ ਤੁਸੀਂ ਯਾਦ ਰੱਖਣਾ ਪੰਜਾਬ ਦੇ ਬਾਰੇ ਨੈਕਸਟ ਕੁਐਸਚਨ ਕਿਹੜੀ ਰਾਜ ਸਰਕਾਰ ਨੇ ਚਾਹ ਅਤੇ ਕੌਫੀ ਦੀ ਕਾਸਤ ਵਧਾਉਣ ਲਈ ਬੋਰਡ ਬਣਾਉਣ ਦਾ ਐਲਾਨ ਕੀਤਾ ਹਾਂਜੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਛਤੀਸਗੜ੍ਹ ਛਤੀਸਗੜ੍ਹ ਦੀ ਰਾਜ ਸਰਕਾਰ ਨੇ ਚਾਹ ਅਤੇ ਕੌਫੀ ਦੀ ਕਾਸਤ ਵਧਾਉਣ ਦੇ ਲਈ ਬੋਰਡ ਬਣਾਉਣ ਦਾ ਐਲਾਨ ਕੀਤਾ ਹਾਂਜੀ ਛੱਤੀਸਗੜ੍ਹ ਦੀ ਗੱਲ ਕਰ ਰਹੇ ਹਾਂ ਅਸੀਂ ਛੱਤੀਸਗੜ੍ਹ ਦੀ ਕੈਪੀਟਲ ਕੀ ਹੈ ਰਾਏਪੁਰ ਇੱਕ ਸ਼ਹਿਰ ਹੈ ਰਾਏਪੁਰ ਤੇ ਇੱਕ ਸ਼ਹਿਰ ਹੈ ਨਮਾ ਰਾਏਪੁਰ ਠੀਕ ਹੈ ਜੀ ਇੱਕ ਸ਼ਹਿਰ ਹੈ ਰਾਏਪੁਰ ਜਿਹੜੀ ਕਿ ਛੱਤੀਸਗੜ੍ਹ ਦੀ ਕੈਪੀਟਲ ਆ ਉਸ ਤੋਂ ਇਲਾਵਾ ਇੱਕ ਨਮਾ ਰਾਏਪੁਰ ਆ ਜਿਹਦਾ ਨਾਮ ਬਦਲ ਕੇ ਅਟਲ ਰਾਏ ਕਰ ਦਿੱਤਾ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਕੀ ਕੀਤਾ ਗਿਆ ਵਾ ਨਾਮ ਉਹਦਾ ਬਦਲ ਕੇ ਅਟਲ ਨਗਰ ਕਰ ਦਿੱਤਾ ਗਿਆ ਏ ਠੀਕ ਹੈ ਜੀ ਤੇ छत्तीसगढ़ ਦੇ ਚੀਫ ਮਿਨਿਸਟਰ ਹੈਗੇ ਆ ਬੋ ਪੇਸ਼ ਬੰਘੇਲ ਤੇ ਗਵਰਨਰ ਹੈਗੇ ਆ ਉਨਸੂਈਆ ਓਏਕੇ छत्तीसगढ़ ਦੇ ਵਿੱਚ ਦਾਈ ਦੀਦੀ ਯੋਜਨਾ ਸ਼ੁਰੂ ਹੋਈ ਕੁਸ਼ਲਿਆ ਮਾਤ੍ਰਾਤ ਯੋਜਨਾ छत्तीसगढ़ ਦੇ ਵਿੱਚ ਸ਼ੁਰੂ ਹੋਈ ਮਹਤਾਰੀ ਦੁਲਾਰ ਯੋਜਨਾ ਵੀ छत्तीसगढ़ ਦੇ ਵਿੱਚ ਸ਼ੁਰੂ ਹੋਈ ਹਾਂਜੀ ਅਚਾਨਕਮਾਰ ਵਾਇਰਲੈਸ ਸੈਂਚਰੀ ਆ ਛਤੀਸਗੜ ਦੇ ਵਿੱਚ ਬਾਦਲਖੋ ਬਾਦਲਖੋਰ ਵਾਇਰਲੈਸ ਸੈਂਚਰੀ ਆ ਛਤੀਸਗੜ ਦੇ ਵਿੱਚ ਠੀਕ ਹੈ ਜੀ ਵਨਵਾ ਵਨਵਾਪਾਰਾ ਵਾਇਰਲੈਸ ਸੈਂਚਰੀ ਆ ਸਤੀਸਗੜ ਦੇ ਵਿੱਚ ਤਮੂਰ ਪਿੰਗਲਾ ਵਾਇਰਲੈਸ ਸੈਂਚਰੀ ਆ ਇਟਾ ਨਗਰ ਵਾਇਰਲੈਸ ਸੈਂਚਰੀ ਆ ਪੈਰਵਗੜ ਵਾਇਰਲੈਸ ਸੈਂਚਰੀ ਆ ਵਰਵਦੇਵ ਵਾਇਰਲੈਸ ਸੈਂਚਰੀ ਆ ਇਨਾ ਤੁਸੀਂ ਯਾਦ ਰੱਖਣਾ ਛਤੀਸਗੜ ਦੇ ਬਾਰੇ ਤੇ ਛਤੀਸਗੜ ਦੀ ਪੁਲਿਸ ਨੇ ਇੱਕ ਡਿਪਰੈਸ਼ਨ ਵਿੱਚ ਗਏ ਹੋਏ ਨੌਜਵਾਨਾਂ ਦੇ ਲਈ ਇੱਕ ਯੋਜਨਾ ਸ਼ੁਰੂ ਕੀਤੀ ਸੀਗੀ ਠੀਕ ਹੈ ਜੀ ਉਹਦਾ ਨਾਮ ਕੀ ਸੀਗਾ ਇਸ ਪਦਨਾ ਅਭਿਆਨ ਇਹਦੇ ਵਿੱਚ ਕੀ ਸੀਗਾ ਜਿਹੜੇ ਨੌਜਵਾਨ ਤਣਾਅ ਦੇ ਵਿੱਚ ਜਾ ਰਹੇ ਹਨ ਉਹਨਾਂ ਨੂੰ ਉਹਨਾਂ ਨੌਜਵਾਨਾਂ ਨੂੰ ਤਣਾਅ ਦੇ ਵਿੱਚੋਂ ਕੱਢਣ ਦੇ ਲਈ ਉਹਨਾਂ ਨੇ ਇਹ ਯੋਜਨਾ ਸ਼ੁਰੂ ਕੀਤੀ ਆ ਛਤੀਸਗੜ ਦੀ ਪੁਲਿਸ ਨੇ ਠੀਕ ਹੈ ਜੀ ਇਨਾ ਤੁਸੀਂ ਯਾਦ ਰੱਖਣਾ ਛਤੀਸਗੜ੍ਹ ਦੀ ਵਾਰੀ ਨੈਕਸਟ ਕੁਐਸਚਨ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਨਵਾਂ ਸੰਯੁਕਤ ਸਕੱਤਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਨਵਾਂ ਸੰਯੁਕਤ ਸਕੱਤਰ ਮੀਰਾ ਮੁਹੰਤੀ ਨੂੰ ਨਿਯੁਕਤ ਕੀਤਾ ਗਿਆ ਹੈ ਮੀਰਾ ਮੁਹੰਤੀ ਇਹ ਅਪੋਇੰਟ ਕੀਤੀ ਗਈ ਆ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਠੀਕ ਹੈ ਜੀ ਤੇ ਇਹ 2005 ਬੈਂਚ ਦੀ ਆਈਪੀਐਸ ਆਫਿਸ ਆਫਿਸਰ ਸੀ ਜਣ ਕੇ ਆਈਪੀਐਸ ਅਧਿਕਾਰੀ ਸੀਗੀ ਤੇ ਹਿਮਾਚਲ ਕੈਂਡਰ ਦੀ ਸੀ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਇੱਕ ਹੋਰ ਯੋਜਨਾ ਬਣੀ ਸੀ ਇੱਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸ਼ੁਰੂ ਹੋਈ ਸੀ ਤੇ ਉਸ ਦੇ ਮੁਖੀ ਕਿਹਨੂੰ ਬਣਾਇਆ ਗਿਆ ਸੀਗਾ ਉਸ ਦੇ ਮੁਖੀ ਬਣਾਇਆ ਗਿਆ ਸੀਗਾ ਰਿਤੇਸ਼ ਚੋਹਾਨ ਨੂੰ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਪੰਤਨਗਰ ਉਦਯੋਗਿਕ ਖੇਤਰ ਦਾ ਨਾਮ ਕਿਸ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਹਾਂਜੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਨਰਾਇਣ ਦੰਤ तिवारी ਨਰਾਇਣ ਦੰਤ तिवारी ਦੇ ਨਾਮ ਤੇ ਉੱਤਰਾਖੰਡ ਦੇ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਨੇ ਉਦਯੋਗਿਕ ਖੇਤਰ ਹੈ ਜਿਹੜਾ ਉੱਥੇ ਪੰਤਨਗਰ ਦੇ ਵਿੱਚ ਉਹਦਾ ਨਾਮ ਸੌਰੀ ਪੰਤਨਗਰ ਉਦਯੋਗਿਕ ਖੇਤਰ ਹੈ ਜਿਹੜਾ ਉਹਦਾ ਨਾਮ ਪੁਰਾਣੇ ਮੁੱਖ ਮੰਤਰੀ ਨਰਾਇਣ ਦੰਤ तिवारी ਦੇ ਨਾਮ ਤੇ ਰੱਖਣ ਦੀ ਘੋਸ਼ਣਾ ਕੀਤੀ ਆ ਠੀਕ ਹੈ ਜੀ ਜਿਹੜਾ ਇਹ ਹੁਣ ਇਹ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੋਨਾਂ ਰਾਜਾਂ ਦੇ ਚੀਫ ਮਿਨਿਸਟਰ ਰਹਿ ਚੁੱਕੇ ਆ ਨਰਾਇਣ ਦੰਤ तिवारी ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹੁਣ ਅਸੀਂ ਗੱਲ ਕਿਹਦੀ ਕਰ ਰਹੇ ਆ ਉੱਤਰਾਖੰਡ ਦੀ ਤਾਂ ਉੱਤਰਾਖੰਡ ਦੀ ਕੈਪੀਟਲ ਕੀ ਆ ਉੱਤਰਾਖੰਡ ਦੀ ਕੈਪੀਟਲ ਹੈਗੀ ਆ ਜੀ ਦਹਰਾਦੁਨ ਅਤੇ ਇਹਦੀ ਇੱਕ ਅਸਮਰ ਕੈਪੀਟਲ ਆ ਗੈਰਸੇ ਉੱਤਰਾਖੰਡ ਦੇ ਚੀਫ ਮਿਨਿਸਟਰ ਹੈਗੇ ਆ ਪੁਸ਼ਕਰ ਸਿੰਘ ਧਾਮੀ ਗਵਰਨਰ ਗੁਰਮੀਤ ਸਿੰਘ ਪਹਿਲਾ ਵਨ ਚ ਕਿੱਸਾ ਕੇਂਦਰ ਉੱਤਰਾਖੰਡ ਦੇ ਵਿੱਚ ਖੋਲਿਆ ਗਿਆ। ਭਾਰਤ ਦਾ ਪਹਿਲਾ ਲਾਇਕਨ ਪਾਰਕ ਉੱਤਰਾਖੰਡ ਦੇ ਵਿੱਚ ਬਣਿਆ। ਉੱਤਰਾਖੰਡ ਦੇ ਵਿੱਚ ਜਿਮ ਕੋਵਿਡ نیشنل ਪਾਰਕ ਆ ਇਹ ਭਾਰਤ ਦਾ ਸਭ ਤੋਂ ਪੁਰਾਣਾ نیشنل ਪਾਰਕ ਆ। ਸਭ ਤੋਂ ਪੁਰਾਣਾ ਹੋਣ ਕਰਕੇ ਇਸ ਦਾ ਪੁਰਾਣਾ ਨਾਮ ਵੀ ਪੁੱਛ ਲਿਆ ਜਾਂਦਾ ਵਾ ਪੇਪਰ ਦੇ ਵਿੱਚ ਤੇ ਇਹਦਾ ਪੁਰਾਣਾ ਨਾਮ ਹੈਗਾ ਸੀਗਾ ਜੀ ਹੈਲੀ نیشنل ਪਾਰਕ। ਸਭ ਤੋਂ ਜ਼ਿਆਦਾ ਉਚਾਈ ਉੱਪਰ ਹਰਬੰਡ ਗਾਰਡਨ ਦੀ ਸਥਾਪਨਾ ਵੀ ਉੱਤਰਾਖੰਡ ਦੇ ਵਿੱਚ ਹੋਈ ਤੇ ਉੱਤਰਾਖੰਡ ਦੇ ਵਿੱਚ ਫੁੱਲਾਂ ਦੀ ਕਾਟਈ ਆ। ਇਨਾ ਤੁਸੀਂ ਯਾਦ ਰੱਖਣਾ ਉੱਤਰਾਖੰਡ ਦੀ ਵਾਰੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਸ਼ਰਨਜੀਤ ਸਿੰਘ ਦਾ ਦੇਹਾਂਤ ਹੋਇਆ ਉਹ ਕੌਣ ਸੀ ਹਾਂਜੀ ਉਹ ਇੱਕ ਮਸ਼ਹੂਰ ਸਨ ਕੀ ਮਸ਼ਹੂਰ ਸਨ ਸੌਰੀ ਹਾਂਜੀ ਸ਼ਰਨਜੀਤ ਸਿੰਘ ਦਾ ਦੇਹਾਂਤ ਹੋਇਆ ਉਹ ਮਸ਼ਹੂਰ ਸਨ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਹਾਕੀ ਪਲੇਅਰ ਉਹ ਹਾਕੀ ਦੇ ਖਿਡਾਰੀ ਸਨ ਸ਼ਰਨਜੀਤ ਸਿੰਘ ਇੱਕ ਫੇਮਸ ਪਲੇਅਰ ਸੀ ਇਹ ਹਾਕੀ ਦੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਸਰ ਰঞ্জੀਤ ਸਿੰਘ ਨੈਕਸਟ ਕੁਐਸਚਨ ਕਿਹੜੇ ਰਾਜ ਦੇ ਡਾਕ ਵਿਭਾਗ ਨੇ ਡਾਕ ਸੇਵਾ ਪੁਰਸਕਾਰ ਦਿੱਤੇ ਹਨ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਤੇਲੰਗਾਨਾ ਹਾਂਜੀ ਤੇਲੰਗਾਨਾ ਦੇ ਡਾਕ ਵਿਭਾਗ ਨੇ ਡਾਕ ਸੇਵਾ ਪੁਰਸਕਾਰ ਦਿੱਤੇ ਗਏ ਆ ਹਨਾ ਓਕੇ ਜੀ ਹੁਣ ਅਸੀਂ ਗੱਲ ਕਰ ਰਹੇ ਹਾਂ ਤੇਲੰਗਾਨਾ ਦੀ ਇਹਦੀ ਕੈਪੀਟਲ ਹੈਗੀ ਹੈ ਹైదరాబాద్ ਚੀਫ ਮਿਨਿਸਟਰ ਹੈਗੇ ਆ ਕੇ ਚੰਦ ਸੇਖਰ ਲਾਲ ਤੇ ਗਵਰਨਰ ਆ ਜੀ ਡਾਕਟਰ ਤਮਿਲ ਸੁਨਦਰਾਜ ਹਾਂਜੀ ਹੁਣ ਦੇਖੋ ਹੁਣ ਹైదరాబాద్ ਮੈਟਰੋ ਦੇ ਵਿੱਚ ਜੋ ਲਾਸ ਹੋਇਆ ਸੀ ਕੋਵਿਡ ਦੀ ਵਜ੍ਹਾ ਨਾਲ ਉਸ ਦੇ ਲਈ ਇੱਕ ਪੈਨਲ ਗਠਨ ਵੀ ਤਲੰਗਣਾ ਦੇ ਵਿੱਚ ਸ਼ੁਰੂ ਕੀਤਾ ਗਿਆ ਠੀਕ ਹੈ ਤਲੰਗਣਾ ਦੇ ਕਾਂਗਤੀ ਰੁਦਰੇਸ਼ਵਰ ਮੰਦਿਰਾ ਉਨੁਰਮੱਪਾ ਮੰਦਿਰ ਵੀ ਕਹਿੰਦੇ ਆ ਤੇ ਉਸ ਨੂੰ ਯੂਨੈਸਕੋ ਨੇ ਆਪਣੀ ਵਰਲਡ ਹੈਰੀਟੇਜ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਵਾ ਜਿਹੜੇ ਸਟੂਡੈਂਟਸ VSF ਦਾ ਪੇਪਰ ਦੇਣ ਵਾਲੇ ਆ SSC ਦਾ ਪੇਪਰ ਦੇਣ ਵਾਲੇ ਉਹਨਾਂ ਦੇ ਲਈ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਮੈਂ ਰਿਪੀਟ ਕਰ ਦਿੰਨੀ ਆ ਤਲੰਗਾਨਾ ਦੇ ਕਾਂਤਕੀ ਰੁਦ੍ਰੇਸ਼ਵਰ ਮੰਦਿਰ ਨੂੰ ਯੂਨੈਸਕੋ ਨੇ ਆਪਣੀ ਵਰਲਡ ਹੈਰੀਟੇਜ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਠੀਕ ਹੈ ਜੀ ਦਲਿਤ ਬੰਦੂ ਯੋਜਨਾ ਤਲੰਗਾਨਾ ਦੇ ਵਿੱਚ ਸ਼ੁਰੂ ਹੋਈ ਮੈਡੀਸਨ ਫੋਰ ਸਕਾਈ ਪਹਿਲ ਇਹ ਵੀ ਤਲੰਗਾਨਾ ਦੇ ਵਿੱਚ ਸ਼ੁਰੂ ਹੋਈ ਠੀਕ ਹੈ ਇਸ ਦੇ ਤਹਿਤ ਡਰੋਨ ਨੂੰ ਉਡਾਣ ਦੀ ਪਰਮਿਸ਼ਨ ਵੀ ਦਿੱਤੀ ਗਈ ਆ। ਹਾਂਜੀ। ਕੋਵਰ ਟਾਈਗਰ ਰਿਜ਼ਰਵ, ਅਮਰਾਵਤੀ ਟਾਈਗਰ ਰਿਜ਼ਰਵ ਇਹ ਦੋ ਇੰਪੋਰਟੈਂਟ ਰਿਜ਼ਰਵ ਟਾਈਗਰ ਰਿਜ਼ਰਵ ਆ ਤੇਲੰਗਨਾ ਦੇ। ਠੀਕ ਹੈ ਜੀ। ਕਾਸੂ ਬ੍ਰਹਮਚੰਦ نیشنل ਪਾਰਕ, ਮਹਾਵੀਰ ਹਰਣਾ نیشنل ਪਾਰਕ, ਮਂਗਾਵੜੀ نیشنل ਪਾਰਕ ਇਹ ਤੇਲੰਗਨਾ ਦੇ نیشنل ਪਾਰਕ ਆ ਇਹ ਤੁਸੀਂ ਯਾਦ ਰੱਖਣਾ। ਰਾਜਤੂ ਬੰਦੂ ਯੋਜਨਾ ਚੱਲ ਰਹੀ ਆ ਤੇਲੰਗਨਾ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਫੋਰਵਰਡ ਇੰਡੀਆ ਦੁਆਰਾ ਜਾਰੀ ਕੀਤੀ ਗਈ ਸਭ ਤੋਂ ਪ੍ਰਭਾਵਸ਼ਾਲੀ ਅਧਿਕਾਰਾਂ ਦੀ ਸੂਚੀ ਵਿੱਚ ਕੌਣ ਚੋਟੀ ਤੇ ਰਿਹਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਰਸਮਿਕਾ ਮਧਾਨਾ ਹਾਂਜੀ ਰਸਮਿਕਾ ਰਸਮਿਕਾ ਮਧਾਨਾ ਰਸਮਿਕਾ ਮਧਾਨਾ ਫੋਰਵਰਡ ਇੰਡੀਆ ਦੁਆਰਾ ਜਿਹੜੀ ਜਾਰੀ ਕੀਤੀ ਗਈ ਪ੍ਰਭਾਵਸ਼ਾਲੀ ਅਧਿਕਾਰਾ ਵਾ ਉਹਦੇ ਵਿੱਚੋਂ ਟੌਪ ਤੇ ਰਹੀ ਆ ਠੀਕ ਹੈ ਜੀ ਤੇ ਸੈਕਿੰਡ ਤੇ ਹੈ ਜੀ ਵਿਜੇ ਵਿਜੇ ਦੇਵਰ ਕੋਂਡਾ ਠੀਕ ਹੈ ਇਹ ਸੈਕਿੰਡ ਤੇ ਹੈ ਨੈਕਸਟ ਕੁਐਸਚਨ ਐਲ ਐਂਡ ਟੀ ਐਲ ਐਂਡ ਟੀ ਐਜੂਟੇਕ ਦੁਬਾਰਾ ਕਿਸ ਨੂੰ ਸੀਈਓ ਨਿਯੁਕਤ ਕੀਤਾ ਗਿਆ ਹੈ ਹਾਂਜੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਸਬਿਆ ਸਾਂਚੀ ਦਾਸ ਨੂੰ ਨਿਯੁਕਤ ਕੀਤਾ ਗਿਆ ਵਾ ਐਲ ਐਂਡ ਟੀ ਐਜੂਟੇਕ ਦੇ ਸੀਈਓ ਠੀਕ ਹਾਂਜੀ ਐਲ ਐਂਡ ਟੀ ਕੀ ਹੈ ਐਲ ਐਂਡ ਟੀ ਹੈ ਇੱਕ ਕੰਸਟਰਕਸ਼ਨ ਦੀ ਕੰਪਨੀ ਆ ਠੀਕ ਹੈ ਐਲ ਐਂਡ ਟੀ ਇੱਕ ਕੰਸਟਰਕਸ਼ਨ ਦੀ ਕੰਪਨੀ ਆ ਤੇ ਐਲ ਐਂਡ ਐਜੂ ਟੇਕ ਐਲ ਐਂਡ ਟੀ ਐਜੂ ਟੇਕ ਕੀ ਆ ਐਲ ਐਂਡ ਟੀ ਐਜੂ ਟੇਕ ਇਹ ਇੱਕ ਐਲ ਟੀ ਦੁਆਰਾ ਐਲ ਐਂਡ ਟੀ ਦੁਆਰਾ ਲਾਂਚ ਕੀਤੀ ਗਈ ਇੱਕ ਵਰਚੂਅਲੀ ਲਰਨਿੰਗ ਸਬਸਿਡਰੀ ਹੈ ਠੀਕ ਹੈ ਹਾਂਜੀ ਐਲ ਐਂਡ ਟੀ ਨੇ ਐਜੂਕੇਸ਼ਨ ਦੇ ਲਈ ਐਲ ਐਂਡ ਟੀ ਐਜੂਕੇਟ ਲਾਂਚ ਕੀਤੀ ਆ ਤੇ ਇਸੇ ਦੇ ਸੀਈਓ ਅਪਾਇੰਟ ਕੀਤੇ ਆ ਸਬਿਆ ਸਾਂਜੀਦਾਸ ਨੈਕਸਟ ਕੁਐਸ਼ਨ ਕਰਨਾਟਕ ਬੈਂਕ ਦਾ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ ਕਰਨਾਟਕ ਬੈਂਕ ਦਾ ਚੇਅਰਮੈਨ ਪ੍ਰਦੀਪ ਕੁਮਾਰ ਪਾਂਜਾ ਨੂੰ ਨਿਯੁਕਤ ਕੀਤਾ ਗਿਆ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੁਣ ਅਸੀਂ ਗੱਲ ਕਰ ਰਹੇ ਹਾਂ ਕਰਨਾਟਕ ਬੈਂਕ ਦੀ ਕਰਨਾਟਕ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ 1924 ਦੇ ਵਿੱਚ ਤੇ ਦਾ ਹੈੱਡਕੁਆਰਟਰ ਆ ਬੰਗਲੌਰੂ ਦੇ ਵਿੱਚ ਤੇ ਇਹਦੇ ਚ ਐਡ ਪ੍ਰੈਜ਼ੈਂਟ ਸੀਈਓ ਕੌਣ ਨੇ ਮਹਾਵਿਲੇਸ਼ਵਰ ਐਮਐਸ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰੂਸ ਅਤੇ ਕਿਹੜੇ ਦੇਸ਼ ਨੇ ਜਾਪਾਨ ਸਾਗਰ ਵਿੱਚ ਜਲ ਸੈਨਾ ਦਾ ਅਭਿਆਸ ਸੰਯੁਕਤ ਸਾਗਰ 2021 ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਚਾਈਨਾ ਰੂਸੀ ਰਸ਼ੀਆ ਅਤੇ ਚਾਈਨਾ ਨੇ ਰਸ਼ੀਆ ਰਸ਼ੀਆ ਅਤੇ ਚਾਈਨਾ ਨੇ ਮਿਲ ਕੇ ਇੱਕ ਸੰਜੁਗਤ ਸਾਗਰ ਅਭਿਆਨ 2021 ਸ਼ੁਰੂ ਕੀਤਾ ਜਿਹਦਾ ਨਾਮ ਕੀ ਹੈ ਜਲ ਸੈਨਾ ਜਲ ਸੈਵਨਾ ਦਾ ਅਭਿਆਨ ਸੰਜੁਗਤ ਸਾਗਰ 2021 ਕੀਤਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਕਿੱਥੇ ਕੀਤਾ ਜਾਪਾਨ ਦੇ ਸਾਗਰ ਵਿੱਚ ਜਾਪਾਨ ਦੇ ਸਾਗਰ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਦੇਖੋ ਸਭ ਤੋਂ ਪਹਿਲਾਂ ਅਸੀਂ ਰਸ਼ੀਆ ਦੀ ਗੱਲ ਕੀਤੀ ਹੈ ਤਾਂ ਰਸ਼ੀਆ ਦੇ ਵਿੱਚ ਦੇਖੋ ਰਸ਼ੀਆ ਦੀ ਕੈਪੀਟਲ ਕੀ ਆ ਮਾਸਕੋ ਰਸ਼ੀਆ ਦੀ ਕੈਪੀਟਲ ਹੈਗੀ ਆ ਜੀ ਮਾਸਕੋ ਤੇ ਕਰੰਸੀ ਹੈਗੀ ਆ ਰਸ਼ੀਅਨ ਰੂਬਲ ਠੀਕ ਹੈ ਤੇ ਇਥੋਂ ਦੇ ਪ੍ਰੈਜ਼ੀਡੈਂਟ ਹੈਗੇ ਆ ਬਲਾਦੀਵੀਰ ਕੁੱਤਿਨ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਮਿਥੇਲ ਮਿਤਸੁਤਦੀਨ ਠੀਕ ਹੈ ਜੀ ਇੰਡੀਆ ਤੇ ਰਸ਼ੀਆ ਦੇ ਵਿੱਚ ਇੱਕ ਇੰਪੋਰਟੈਂਟ ਡਿਫੈਂਸ ਐਕਸਰਸਾਈਜ਼ ਹੁੰਦੀ ਆ ਉਹਦਾ ਨਾਮ ਕੀ ਆ ਹਾਂਜੀ ਉਹਦਾ ਨਾਮ ਹੈਗਾ ਵਾ ਜੀ ਇੰਦਰ ਐਕਸਰਸਾਈਜ਼ ਇਹ ਇੰਪੋਰਟੈਂਟ ਆ ਯਾਦ ਰੱਖਣਾ ਮਾਉਂਟ ਐਲਵਰਸਟ ਯੂਰਪ ਦਾ ਸਭ ਤੋਂ ਉੱਚਾ ਪਹਾੜ ਹੈ ਜਿਹੜੇ ਸਟੂਡੈਂਟ ਐਨਡੀਏ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਇਸੇ ਕੁਐਸਚਨ ਅਕਸਰ ਪੁੱਛੇ ਜਾਂਦੇ ਨੇ ਠੀਕ ਹੈ ਜੀ ਐਨਡੀਏ ਦਾ ਪੇਪਰ ਦੇਣ ਵਾਲੇ ਪੂਰੇ ਧਿਆਨ ਦੇ ਨਾਲ ਸੁਣਨਾ ਕਿ ਰਸ਼ੀਆ ਅਤੇ ਇੰਡੀਆ ਦੇ ਵਿੱਚ ਇੰਦਰ ਨਾਮ ਦੀ ਐਕਸਰਸਾਈਜ਼ ਹੁੰਦੀ ਆ ਹਾਂਜੀ ਮਾਉਂਟ ਐਲਵਰਸਟ ਯੂਰਪ ਦਾ ਸਭ ਤੋਂ ਉੱਚਾ ਪਹਾੜ ਹੈ ਰਸ਼ੀਆ ਦੇ ਵਿੱਚ ਬੈਕਲ ਸੀਲ ਵੀ ਰਸ਼ੀਆ ਦੇ ਵਿੱਚ ਆ ਉਰਲ ਦੇ ਪਹਾੜ ਵੀ ਰਸ਼ੀਆ ਦੇ ਵਿੱਚ ਆ ਰਸ਼ੀਆ ਵਿੱਚ ਭਾਰਤ ਦੇ ਰਾਜਦੂਤਾ ਟੇਵੀ ਵੈਂਕਟੇਸ਼ਵਰ ਵਰਮਾ ਇਹ ਤੁਸੀਂ ਯਾਦ ਰੱਖਣਾ ਹਾਂਜੀ ਹੁਣ ਅਸੀਂ ਗੱਲ ਕੀਤੀ ਸੀਗੀ ਵਿੱਚ ਚੀਨ ਦੀ ਤਾਂ ਚੀਨ ਦੀ ਕੈਪੀਟਲ ਕੀ ਹੈ ਬੀਜਿੰਗ ਕਰੰਸੀ ਹੈਗੀ ਹੈ ਰੇਨਮਿਨਬੀ ਤੇ ਪ੍ਰੈਜ਼ੀਡੈਂਟ ਹੈਗੇ ਆ ਜੀ ਜਿਨਪਿੰਗ ਹਾਂਜੀ ਚੀਨ ਨੇ ਇੱਕ ਸਾਈਨੋਫਾਰਮ ਨਾਮ ਦੀ ਵੈਕਸੀਨ ਬਣਾਈ ਸੀ ਠੀਕ ਹੈ ਜੀ ਚੀਨ ਨੇ ਮਾਰਸ ਰੋਵਰ ਜਿਹਦਾ ਨਾਮ ਆ ਚੁਰੋਂਗ ਉਹਨੂੰ ਮੰਗਲ ਗ੍ਰਹਿ ਤੇ ਉਤਾਰਿਆ ਇਹ ਕਚਰੇ ਦੇ ਉਤਪਾਦਨ ਦੇ ਵਿੱਚ ਦੁਨੀਆ ਦੇ ਵਿੱਚੋਂ ਨੰਬਰ 1 ਤੇ ਆ ਚੀਨ ਪਲਾਸਟਿਕ ਕਚਰੇ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਵਿੱਚੋਂ ਪੂਰਨ ਨੰਬਰ 1 ਤੇ ਆ ਅਮਰੀਕਾ ਬੇਡਿਊ ਨਾਮ ਦਾ ਇੱਕ ਨੈਵੀਗੇਸ਼ਨ ਸੈਟਲਾਈਟ ਸਫਲਤਾਪੂਰਵਕ ਲਾਂਚ ਕੀਤਾ ਚੀਨ ਨੇ ਇਹ ਤੁਸੀਂ ਯਾਦ ਰੱਖਣਾ ਚੀਨ ਦੇ ਬਾਰੇ ਹਾਂਜੀ ਤੇ ਰੂਸ ਦਾ ਇੱਕ ਇੰਪੋਰਟੈਂਟ ਕੁਐਸਚਨ ਆ ਬਹੁਤ ਜ਼ਿਆਦਾ ਇੰਪੋਰਟੈਂਟ ਅਕਸਰ ਪੁੱਛ ਲਿਆ ਜਾਂਦਾ ਐਗਜ਼ਾਮ ਦੇ ਵਿੱਚ ਰੂਸ ਦਾ ਰੀਸੈਂਟਲੀ ਇੱਕ ਗਰੁੱਪ ਆ ਜੋ ਸਪੇਸ ਏਜੰਸੀ ਐ ਠੀਕ ਹੈ ਉਥੇ ਸ਼ੂਟਿੰਗ ਕਰਕੇ ਵਾਪਸ ਆਇਆ ਵਾ ਇਹ ਤੁਸੀਂ ਯਾਦ ਰੱਖਣਾ ਕਿ ਕਿਹੜੇ ਦੇਸ਼ ਦਾ ਗਰੋਪ ਸਪੇਸ ਏਜੰਸੀ ਵਿੱਚੋਂ ਸ਼ੂਟਿੰਗ ਕਰਕੇ ਵਾਪਸ ਆਇਆ ਹੈ ਤਾਂ ਰਾਈਟ ਆਨਸਰ ਹੋਵੇਗਾ ਰੂਸ ਠੀਕ ਹੈ ਨੈਕਸਟਵਰਸ਼ਨ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਅਹਿਮਦ ਸ਼ਾ ਅਹਿਮਦ ਜੈਦਾ ਦਾ ਦੇਹਾਂਤ ਹੋ ਗਿਆ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਬੰਗਲਾਦੇਸ਼ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਅਹਿਮਦ ਸ਼ਾ ਅਹਿਮਦ ਜੈਦਾ ਦਾ ਦੇਹਾਂਤ ਹੋ ਗਿਆ ਹੈ ਹਾਂਜੀ ਇਹ 1995 96 ਦੇ ਪੂਰਵ ਪ੍ਰਧਾਨ ਮੰਤਰੀ ਸੀਗੇ ਬੰਗਲਾਦੇਸ਼ ਦੇ ਠੀਕ ਹੈ ਜੀ ਤੇ ਇਹਨਾਂ ਦਾ ਹੁਣ ਦੇਹਾਂਤ ਹੋ ਗਿਆ ਇਹ ਤੁਸੀਂ ਯਾਦ ਰੱਖਣਾ ਤੇ ਐਟ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਕੌਣ ਨੇ ਬੰਗਲਾਦੇਸ਼ ਦੇ ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੋਵੇਗਾ ਠੀਕ ਹੈ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਕਿ ਬੰਗਲਾਦੇਸ਼ ਦੇ ਐਟ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਕੌਣ ਨੇ ਤੇ ਇਸ ਦੇ ਨਾਲ ਹੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ ਹੋਵੇਗਾ ਕੀ ਬੰਗਲਾ ਅਤੇ ਇੰਡੀਆ ਦੇ ਵਿੱਚ ਕਿਹੜੀ ਸੌਰੀ ਕਿਹੜੀ ਐਕਸਰਸਾਈਜ਼ ਹੁੰਦੀ ਹੈ ਕਿਹੜੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚਕਾਰ ਠੀਕ ਹੈ ਜੀ ਇਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੋਵੇਗਾ ਨੈਕਸਟ ਕੁਐਸਚਨ ਭਾਰਤ ਦੀ 21ਵੀਂ ਮਹਿਲਾ ਗ੍ਰੈਂਡ ਮਾਸਟਰ ਕੌਣ ਬਣ ਗਈ ਆ ਹਾਂਜੀ ਭਾਰਤ ਦੀ 21ਵੀਂ ਮਹਿਲਾ ਗ੍ਰੈਂਡ ਮਾਸਟਰ ਦਿਬਿਆ ਦੇਸ਼ਮੁਖ ਬਣ ਗਈ ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਇਹ ਭਾਰਤ ਦੀ 21ਵੀਂ ਅਤੇ ਵਿਦਰਵ ਦੀ ਪਹਿਲੀ ਗ੍ਰੈਂਡ ਮਾਸਟਰ ਗ੍ਰੈਂਡ ਮਾਸਟਰ ਬਲੀਆਂ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤ ਕਿਸ ਸਮੇਂ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦਾ ਮੈਂਬਰ ਬਣ ਗਿਆ ਹਾਂਜੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਸੇਮੀਵਾਰ ਭਾਰਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦਾ ਮੈਂਬਰ ਬਣਿਆ ਮ ਤੇ ਕਿੰਨੇ ਸਾਲ ਦੇ ਲਈ ਬਣ ਗਿਆ ਏ 3 ਸਾਲ ਦੇ ਲਈ ਬਣਿਆ ਏ ਠੀਕ ਹੈ ਜੀ 3 ਸਾਲ ਦੇ ਲਈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕਰ ਰਹੇ ਹਾਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਇਹਦੀ ਸਥਾਪਨਾ ਕਦੋਂ ਹੋਈ ਸੀ ਹਾਂਜੀ ਇਹਦੀ ਸਥਾਪਨਾ ਹੋਈ ਸੀ 2016 ਦੇ ਵਿੱਚ ਤੇ ਇਹਦਾ ਹੈੱਡਕ quartਰ ਹੈ ਜਨੇਵਾ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਹਦੇ ਹੈੱਡ ਹੈਗੇ ਆ ਨਾਚਤ ਸਮੀਰ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ